ਕਿਸਾਨ ਦੋਸਤੋ, ਇੱਕ ਬਿਮਾਰ ਮਿੱਟੀ ਚੰਗਾ ਝਾੜ ਨਹੀਂ ਦੇ ਸਕਦੀ। ਅਸੀਂ ਇਹ ਕਹਿੰਦੇ ਹਾਂ ਮੈਂ 4 ਬੋਰੀਆਂ ਯੂਰੀਆ ਪਾਤੀਆਂ, ਮੈਂ 5 ਬੋਰੀਆਂ ਯੂਰੀਆ ਪਾਤੀਆਂ। ਅੱਛਾ, ਬੜੇ ਸਾਰੇ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਇਹੋ ਜਿਹਾ ਹੋ ਗਿਆ ਕਿ ਨਵੇਂ ਨਵੇਂ ਪੈਕਟ ਫੜ ਫੜ ਕੇ 100 ਮਣ ਝਾੜ, 75 ਮਣ ਝਾੜ, 80 ਮਣ ਝਾੜ, ਵਾਰੇ ਨਿਆਰੇ, ਪਤਾ ਨਹੀਂ ਕੀ ਕੁਛ ਤੁਹਾਨੂੰ ਦੱਸਿਆ ਜਾਂਦਾ। ਤਾਂ ਫਿਰ ਤੁਸੀਂ ਜਿਹੜਾ ਹੈਗਾ ਝਾੜ ਵਧਾਉਣ ਲਈ ਉੱਧਰਲੇ ਪਾਸੇ ਨੂੰ ਚੱਲਦੇ ਹੋ, ਪਰੰਤੂ ਆਖਰ 'ਤੇ ਫਿਰ ਟੱਕਰਾਂ ਮਾਰ ਕੇ ਝਾੜ ਨਹੀਂ ਆਉਂਦਾ। ਤਾਂ ਤੁਸੀਂ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲਓ, ਜੇਕਰ ਤੁਹਾਡੀ ਮਿੱਟੀ ਬਿਮਾਰ ਹੈ, ਮਿੱਟੀ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੈ, ਤਾਂ ਫਿਰ ਤੁਹਾਡਾ ਝਾੜ ਨਹੀਂ ਵੱਧ ਸਕਦਾ। ਤਾਂ ਦੂਸਰੀ ਗੱਲ, ਮੇਰੇ ਹੁਣ ਕਈ ਠੇਕੇ ਵਾਲੇ ਵੀਰ ਹੈ, ਠੇਕਾ ਤਾਂ ਭਾਵੇਂ ਕਿਸਾਨਾਂ ਨੇ ਚੱਕ ਦਿੱਤਾ, ਬਹੁਤ ਚੱਕਤਾ, ਤਾਂ ਜਦੋਂ ਉਹਨਾਂ ਨੂੰ ਪੁੱਛੀਦਾ ਕਿ ਯਾਰ ਤੁਸੀਂ ਇੰਨੀ ਖਾਦ ਕਿਉਂ ਪਾਉਂਦੇ ਹੋ, ਇੰਨੇ ਆ ਪੈਕਟ ਰੰਗ ਬਿਰੰਗੇ ਕਾਹਤੋਂ ਪਾਉਂਦੇ ਹੋ, ਤਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਬਈ ਠੇਕਾ ਇੰਨਾ ਭਰਨਾ, ਝਾੜ ਨਹੀਂ ਆਉਂਦਾ, ਜ਼ਮੀਨ ਵੱਧ ਖਾਦ 'ਤੇ ਲੱਗੀ ਹੋਈ ਹੈ ਅਤੇ ਨਵੀਂ ਜ਼ਮੀਨ ਪਤਾ ਨਹੀਂ ਕਾਹਦੀ ਘਾਟ ਆ ਜਾਣੀ ਹੈ। ਤਾਂ ਫਿਰ ਘੱਟੋ ਘੱਟ ਜਿਹੜੇ ਠੇਕੇ 'ਤੇ ਪੈਲੀ ਲੈਂਦੇ ਹੈ, ਉਹਨਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਕਿ ਵੀ ਮੇਰੀ ਜ਼ਮੀਨ 'ਚ ਕਾਹਦੀ ਘਾਟ ਆ। ਮੰਨ ਲਓ ਕਿ ਇੱਕ ਬੰਦਾ ਜੱਦੀ ਆਪਦੀ ਜ਼ਮੀਨ ਵਾਹ ਰਿਹਾ, ਉਹਨੂੰ ਤਾਂ ਪਤਾ ਕਿ ਮੇਰੀ ਜ਼ਮੀਨ 'ਚ ਫਲਾਣੀ ਚੀਜ਼ ਦੀ ਘਾਟ ਆਉਂਦੀ ਹੈ, ਭਾਵੇਂ ਕਿ ਉਸ ਬੰਦੇ ਵਾਸਤੇ ਵੀ 3 ਸਾਲ ਦੇ ਵਿੱਚ ਇੱਕ ਵਾਰੀ ਮਿੱਟੀ ਦੀ ਸਿਹਤ ਦੀ ਜਾਂਚ ਹੋਣੀ ਜ਼ਰੂਰੀ ਹੈ। ਇਹਦੇ ਨਾਲ ਨਾਲ ਜੇਕਰ ਕੋਈ ਠੇਕੇ 'ਤੇ ਪੈਲੀ ਲੈ ਰਿਹਾ, ਤੁਸੀਂ ਪਹਿਲੀ ਵਾਰੀ ਠੇਕੇ 'ਤੇ ਲਈ ਹੈ, ਤਾਂ ਤੁਹਾਨੂੰ ਤਾਂ ਤੁਸੀਂ ਤਾਂ ਮਤਲਬ ਕਿ ਇੱਕ ਸਮਝ ਲਓ ਕਿ ਹਨੇਰੇ ਕਮਰੇ 'ਚੋਂ, ਤੁਹਾਨੂੰ ਪਤਾ ਹੀ ਨਹੀਂ ਕਿ ਅੱਗੇ ਹੈ ਕੀ ਹੈ। ਤਾਂ ਉਸ ਮਿੱਟੀ ਦੀ ਜਾਂਚ ਕਰਵਾਉਣੀ ਤੁਹਾਡੇ ਲਈ ਅਤਿ ਜ਼ਰੂਰੀ ਹੈ। ਤਾਂ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੀ ਮਿੱਟੀ ਦੀ ਜਾਂਚ ਹੈ ਉਹਦੇ ਲਈ ਸਿੰਪਲ ਕਿਵੇਂ ਲੈਣਾ, ਕਿਉਂਕਿ ਮੈਨੂੰ ਕਈ ਸਾਰੇ ਫੋਨ ਆਉਂਦੇ ਹੈ ਕਿ ਅਸੀਂ ਮਿੱਟੀ ਦੇ ਟੈਸਟ ਕਰਾਇਆ। ਕੱਲ੍ਹ ਹੀ ਵੀਰ ਦਾ ਫੋਨ ਆਇਆ ਕਿ ਆ ਰਿਪੋਰਟ ਭੇਜੀ ਹੈ, ਮੈਂ ਰਿਪੋਰਟ ਦੇਖ ਕੇ ਉਹਨਾਂ ਨੂੰ ਕਿਹਾ ਰਿਪੋਰਟ ਗਲਤ ਹੈ। ਤਾਂ ਮੈਂ ਕਿਹਾ ਤੁਸੀਂ ਸਿੰਪਲ ਗਲਤ ਤਰੀਕੇ ਨਾਲ ਲਿਆ ਹੋਊਗਾ ਜਿਹਦੇ ਕਰਕੇ ਤੁਹਾਡੀ ਰਿਪੋਰਟ ਗਲਤ ਹੈ। ਤਾਂ ਉਸਨੇ ਦੱਸਿਆ ਕਿ ਮੈਂ ਉੱਤੋਂ 3 ਇੰਚ ਮਿੱਟੀ ਚੱਕੀ ਹੈ, 3 ਇੰਚ ਮਿੱਟੀ ਦਾ ਸਿੰਪਲ ਕਿਵੇਂ ਸਹੀ ਆਜੂਗਾ। ਤਾਂ ਇਸ ਕਰਕੇ ਸਹੀ ਸੈਂਪਲਿੰਗ ਹੋਣੀ ਜ਼ਰੂਰੀ ਹੈ। ਜੇ ਸਹੀ ਸੈਂਪਲ ਲਉਂਗੇ ਤਾਂ ਹੀ ਸਹੀ ਰਿਜ਼ਲਟ ਆਊਗਾ। ਅਤੇ ਸੈਂਪਲ ਹੁਣ ਲੈਣੇ ਕਿਵੇਂ ਹੈ, ਕੀ ਕਰਨਾ, ਇਹਦੇ ਬਾਰੇ ਡਿਟੇਲ 'ਚ ਗੱਲ ਕਰਦੇ ਹਾਂ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ, ਫਤਿਹ ਸਾਹਿਬ ਪਾਉਣੇ, ਵਾਹਿ ਖਾਲਸਾ ਵਾਹਿਗੁਰੂ ਫਤਿਹ। ਸਭ ਤੋਂ ਪਹਿਲਾਂ ਸਵਾਲ ਇਹ ਹੁੰਦਾ ਕਿ ਮਿੱਟੀ ਦਾ ਜਿਹੜਾ ਸੈਂਪਲ ਹੈਗੇ ਆ, ਸੈਂਪਲ ਖੇਤ 'ਚੋਂ ਕਿੰਨੇ ਸੈਂਪਲ ਲੈਣੇ ਹੈ, ਅਤੇ ਜਿਹੜਾ ਇੱਕ ਸੈਂਪਲ ਹੈ ਇਹ ਕਿੰਨੇ ਥਾਂ ਤੋਂ ਮਿੱਟੀ ਲੈ ਕੇ ਬਣੂਗਾ। ਦੇਖੋ, ਆਪਦੇ ਖੇਤ ਨੂੰ ਧਿਆਨ ਨਾਲ ਦੇਖੋ। ਤੁਹਾਨੂੰ ਇਹ ਪਤਾ ਹੁੰਦਾ ਕਿ ਜਿਵੇਂ ਮੈਂ ਆਪਣੇ ਖੇਤ ਦੀ ਗੱਲ ਕਰਾਂ, ਮੇਰੇ ਇੱਕ ਖੇਤ ਦਾ ਇੱਕ 7 ਕਿੱਲਿਆਂ ਦਾ ਇੱਕ ਪਟਾ ਹੈ, ਮੈਨੂੰ ਪਤਾ 7 ਕਿੱਲੇ ਇੱਕੋ ਜਿਹੇ ਹੈ। ਮੇਰਾ 4 ਕਿੱਲਿਆਂ ਦਾ ਪਟਾ ਇੱਕ ਅਲੱਗ ਹੈ, 3 ਕਿੱਲਿਆਂ ਦਾ ਅਲੱਗ ਹੈ, 8 ਕਿੱਲਿਆਂ ਦਾ ਅਲੱਗ ਹੈ, 3 ਕਿੱਲਿਆਂ ਦਾ ਫਿਰ ਅਲੱਗ ਹੈ। ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਵੰਡ ਲੈਣਾ। ਜੇ ਮੇਰਾ ਇੱਕ 7 ਕਨਾਲ ਅੱਡ ਹੈ ਤਾਂ ਮੈਂ 7 ਕਨਾਲ ਨੂੰ ਅੱਡ ਹੀ ਰੱਖਾਂਗਾ, ਜੇ 2.5 ਕਿੱਲੇ ਅੱਡ ਹੈ ਤਾਂ ਉਹਨੂੰ 2.5 ਕਿੱਲੇ ਨੂੰ ਅੱਡ ਹੀ ਰੱਖਾਂਗਾ। ਤਾਂ ਉਸ ਹਿਸਾਬ ਨਾਲ ਦਾ ਖੇਤ ਵੰਡ ਲਓ ਕਿ ਮੇਰੇ ਆਹ ਆਹ ਖੇਤ ਇਸ ਤਰ੍ਹਾਂ ਕਰਕੇ ਅੱਡ ਅੱਡ ਹੈ, ਅਤੇ ਹਰ ਇੱਕ ਖੇਤ ਦੇ ਵਿੱਚੋਂ ਇੱਕ ਮਾਸਟਰ ਸਿੰਪਲ ਆਊਗਾ। ਪਰੰਤੂ ਜਿਹੜਾ ਮਾਸਟਰ ਸਿੰਪਲ ਹੈਗਾ, ਉਹ ਸਿੰਪਲ ਲੈਣ ਦੇ ਲਈ ਵੀ ਜਿਹੜਾ ਹੈਗਾ ਆਪਾਂ ਨੂੰ ਕਿੰਨੀ ਥਾਵਾਂ 'ਤੇ ਮਿੱਟੀ ਲੈਣੀ ਪਊਗੀ ਉਹਦੇ ਲਈ ਅਲੱਗ ਅਲੱਗ ਨਹੀਂ। ਜਿਵੇਂ ਕਿ ਆ ਚੰਦਰਕਲਾ MICR ਤੋਂ ਹੈ, ਇਹ ਕਹਿੰਦੇ ਕਿ ਵੀ 3 ਤੋਂ 4 ਸਿੰਪਲ ਬਹੁਤ ਹੁੰਦੇ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਕਿ 7 ਤੋਂ 8 ਜਗ੍ਹਾ ਤੋਂ ਮਿੱਟੀ ਲੈ ਕੇ ਜਿਹੜਾ ਹੈਗਾ ਉਹਨੂੰ ਇੱਕ ਜਗ੍ਹਾ ਇਕੱਠੀ ਕਰੋ, ਫਿਰ ਇੱਕ ਮਾਸਟਰ ਸਿੰਪਲ ਬਣੂਗਾ ਜਿਹੜਾ ਆਪਾਂ ਉੱਥੋਂ ਲੈ ਕੇ ਜਾਣਾ। ਮਤਲਬ ਕਿ ਜੀ ਹੁਣ ਆਪਣਾ 4 ਕਿੱਲਿਆਂ ਦਾ ਪਲੋਟ ਹੈ, ਉਹਦੇ ਵਿੱਚੋਂ ਆਪਾਂ 7 ਤੋਂ 8 ਜਗ੍ਹਾ ਤੋਂ ਮਿੱਟੀ ਦੀ ਸੈਂਪਲ ਲਵਾਂਗੇ, ਠੀਕ ਹੈ। ਤਾਂ ਅਲੱਗ ਅਲੱਗ ਮਾਰ ਅਲੱਗ ਅਲੱਗ ਰਹਿ ਦਿੰਦੇ ਹੈ, ਕੋਈ ਇਹਦੇ 'ਤੇ ਜਿਹੜਾ ਹੈਗਾ ਇੱਕ ਰਾਏ ਨਹੀਂ ਹੈਗਾ, ਲੇਕਿਨ ਅਸੀਂ ਇਹ ਕਹਾਂਗੇ ਜਿੰਨੀ ਵੱਧ ਜਗ੍ਹਾ ਤੋਂ ਮਿੱਟੀ ਲਉਂਗੇ
ਉਨਾ ਜ਼ਿਆਦਾ ਮਿੱਟੀ ਦਾ ਸੈਂਪਲ ਤੁਹਾਡਾ ਜ਼ਿਆਦਾ ਵਧੀਆ ਹੋਏਗਾ ਅਤੇ ਉਹ ਤੁਹਾਡੇ ਖੇਤ ਦੇ ਬਾਰੇ ਮੈਂ ਕਿ ਉਨੀ ਸਹੀ ਚੀਜ਼ ਸਾਹਮਣੇ ਲੈ ਕੇ ਆਊਗਾ। ਹੁਣ ਅਸੀਂ ਕਰਨਾ ਕੀ ਹੈ, ਮੈਂ ਆਈ ਸੀ ਆਰ ਦੀ ਮਦਦ ਲੈ ਰਿਹਾ ਦੇ ਵਿੱਚ, ਠੀਕ ਹੈ। ਇਹਨਾਂ ਨੇ ਬਹੁਤ ਸੋਹਣਾ ਬਣਾਇਆ ਹੋਇਆ ਹੈ, ਤਾਂ ਆਈ ਸੀ ਆਰ ਨੇ ਕਿਹਾ ਹੈ ਕਿ 2.5 ਕਿੱਲਿਆਂ ਦੇ ਵਿੱਚੋਂ 2 ਸਿੰਪਲ ਤੁਸੀਂ ਘੱਟੋ ਘੱਟ ਲੈਣੇ ਹੈ, 3 ਤੋਂ 4 ਸਿੰਪਲ ਲਉਂਗੇ ਤਾਂ ਬਹੁਤ ਵਧੀਆ, ਠੀਕ ਹੈ। ਹੁਣ ਅੱਗੇ ਇਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਖੇਤ ਦੇ ਵਿੱਚ ਹੁਣੇ ਕੋਈ ਖਾਦ ਪਾ ਕੇ ਹਟੇ ਹੋ, ਫੇਰ ਸਿੰਪਲ ਨਹੀਂ ਲੈਣਾ, ਵੱਟ ਦੇ ਕੋਲੋਂ ਨਹੀਂ ਲੈਣਾ, ਦਰੱਖਤ ਦੇ ਥੱਲਿਓਂ ਨਹੀਂ ਲੈਣਾ, ਜਿੱਧਰੋਂ ਨੱਕੇ ਦਾ ਪਾਣੀ ਪੈਂਦਾ ਉੱਧਰੋਂ ਨਹੀਂ ਲੈਣਾ, ਨੱਕੇ ਦੀ ਉਲਟ ਸਾਈਡ ਤੋਂ ਨਹੀਂ ਲੈਣਾ, ਠੀਕ ਹੈ। ਜਿੱਥੇ ਕਿਤੇ ਖਾਦ ਦਾ ਢੇਰ ਪਿਆ ਉੱਥੋਂ ਨਹੀਂ ਲੈਣਾ, ਖੂਹ ਦੇ ਨੇੜਿਓਂ ਨਹੀਂ ਲੈਣਾ ਅਤੇ ਬਾਰਡਰ ਦੇ ਨਾਲੋਂ ਨਹੀਂ ਲੈਣਾ, ਠੀਕ। ਆਹ ਜਿਹੜਾ ਕਿਨਾਰਾ ਹੈ, ਕਿਨਾਰੇ ਤੋਂ 2-3 ਕਰਮਾਂ ਅੰਦਰ ਨੂੰ ਜਾ ਕੇ ਐਂ ਕਰਕੇ ਜਿਗ ਜੈਗ ਖੇਤ ਦੇ ਤੁਰ ਕੇ ਆਪਾਂ ਸਿੰਪਲ ਲੈਣਾ ਹੈ, ਸਮਝ ਗਏ ਨਾ। ਸਿੰਪਲ ਕਿੰਨੀ ਡੂੰਘਾਈ ਤੱਕ ਲੈਣਾ ਹੈ, ਇਹਦੇ ਕਰਕੇ ਵੀ ਆਪਾਂ ਇਹਨਾਂ ਨੇ ਬੜਾ ਵਧੀਆ ਦੱਸਿਆ ਇੱਥੇ ਆ ਬਣਾ ਕੇ। ਜੇ ਤਾਂ ਕਣਕ, ਝੋਨਾ ਸਬਜ਼ੀਆਂ ਜਾਂ ਸੀਜ਼ਨ ਸਬਜ਼ੀਆਂ ਫਸਲਾਂ ਲਾਉਣੇ ਹੋ, ਫਿਰ 15 ਸੈਂਟੀਮੀਟਰ ਮਤਲਬ ਕਿ 6 ਇੰਚ ਤੱਕ ਡੂੰਘੀ ਮਿੱਟੀ ਲੈਣੀ ਆਪਾਂ ਸਾਰੀ। ਅੱਗੇ ਦੇਖੋਗੇ ਤੁਸੀਂ ਕਿਵੇਂ ਲੈਣੀ ਹੈ। ਜੇ ਤੁਸੀਂ ਗੰਨਾ ਲਾ ਰਹੇ ਹੋ, ਕਪਾਹ ਲਾ ਰਹੇ ਹੋ, ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਇਹ ਸਿੰਪਲ ਜਿਹੜਾ ਹੈਗਾ ਉਹ ਡੂੰਘਾ ਲੈਣਾ ਪਏਗਾ। ਸਿੰਪਲ ਲੈਣਾ ਕਿਵੇਂ, ਇਹ ਤੁਹਾਡੇ ਸਾਹਮਣੇ ਆ ਗਿਆ ਤਰੀਕਾ। ਦੇਖੋ ਸਿੰਪਲ ਲੈਣ ਵਾਸਤੇ ਪਹਿਲਾਂ ਤਾਂ ਜ਼ਮੀਨ ਦੇ ਉੱਪਰਲੇ ਪਾਸੇ ਜਿਹੜਾ ਘਾਹ ਘੂ ਹੈਗਾ ਉਹਨੂੰ ਖੁਰਚ ਕੇ ਪਾਸੇ ਕਰ ਦੇਣਾ, ਮਿੱਟੀ ਨਹੀਂ ਕਰਨੀ। ਘਾਹ ਪਿਆ ਕੋਈ ਉੱਤੇ ਪਰਾਲੀ ਪਰੂਲੀ ਪਈ ਹੈ ਉਹ ਚੱਕ ਕੇ ਪਾਸੇ ਕਰ ਦੇਣੀ। ਹੁਣ ਤੁਸੀਂ ਜਾਂ ਤਾਂ ਆਹ ਜਿਵੇਂ ਕੱਟ ਮਾਰਿਆ ਐਂ 6 ਇੰਚ ਡੂੰਘਾ ਇੱਕ ਕਹੀ ਦੇ ਨਾਲ ਕੱਟ ਮਾਰ ਦਿਓ। ਜੇ ਤੁਸੀਂ ਕਹੀ ਦਾ ਟੱਕ ਮਾਰੋਗੇ ਨਾ, ਟੱਕ ਕਹਾਂਗਾ ਮੈਂ, ਟੱਕ ਮਾਰੋਗੇ ਤਾਂ ਇੱਕ ਹਿੱਸਾ ਖੜ੍ਹਾ ਹੋਊਗਾ ਅਤੇ ਇੱਕ ਹਿੱਸਾ ਟੇਢਾ ਹੋਊਗਾ। ਜਿਹੜਾ ਹਿੱਸਾ ਖੜ੍ਹਾ ਹੈ ਉੱਤੋਂ ਲੈ ਕੇ ਥੱਲੇ ਤੱਕ 15 ਸੈਂਟੀਮੀਟਰ ਤੱਕ 2.5 ਤੋਂ 3 ਸੈਂਟੀਮੀਟਰ ਚੌੜੀ ਰੰਬੇ ਦੇ ਨਾਲ ਪਰਤ ਲਾ ਲੈਣੀ ਹੈ। ਇਹਦੇ ਤੋਂ ਵੀ ਜ਼ਿਆਦਾ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਕੋਲ ਉਹ ਬੂਟੇ ਲਾਉਣ ਵਾਲਾ ਨਹੀਂ ਹੁੰਦਾ ਵਾਂਸ ਪੁੱਕੀ ਟਾਈਪ, ਵਾਂਸ ਪੁੱਕੀ ਦੇ ਨਾਲ 15 ਸੈਂਟੀਮੀਟਰ ਤੱਕ ਦੀ ਸਾਰੀ ਮਿੱਟੀ ਕੱਢ ਲਓ, ਉਤਲੀ ਨਹੀਂ, ਉੱਤੋਂ ਲੈ ਕੇ ਥੱਲੇ ਤੱਕ 15 ਸੈਂਟੀਮੀਟਰ ਦੀ ਸਾਰੀ ਮਿੱਟੀ ਲੈਣੀ ਹੈ ਆਪਾਂ, ਸਮਝ ਗਏ। ਹੁਣ ਆਪਾਂ ਆਪਣਾ 1.5 ਕਿੱਲਿਆਂ ਦਾ ਪਲਾਟ ਹੈ ਤਾਂ ਆਪਾਂ ਜਿਵੇਂ ਦੱਸਿਆ 3-4 ਥਾਵਾਂ ਤੋਂ ਐਂ ਮਿੱਟੀ ਲੈ ਲੈਣੀ ਹੈ, ਠੀਕ। ਉਹ ਮਿੱਟੀ ਲੈ ਕੇ ਸਾਰੀ ਇਕੱਠੀ ਕਰ ਲੈਣੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਮਿੱਟੀ ਮੇਰੀ ਗਿੱਲੀ ਹੈ ਤਾਂ ਉਹਨੂੰ ਛਾਵੇਂ ਸੁਕਾ ਲੈਣਾ, ਕੋਈ ਰੋਡ ਹੈਗੇ ਹੈ ਉਹ ਵਿੱਚੋਂ ਬਾਹਰ ਨਹੀਂ ਕੱਢਣੇ, ਠੀਕ ਹੈ। ਹੁਣ ਤੁਸੀਂ ਜਿਵੇਂ ਤੁਹਾਡੇ ਕੋਲ 2.5 ਕਿੱਲਿਆਂ ਦਾ ਪਲਾਟ ਸੀਗਾ ਉਹ ਤੋਂ 4 ਸਿੰਪਲ ਲੈ ਲਏ ਅੱਡ ਜਗ੍ਹਾ 'ਤੇ, 4 ਨੂੰ ਇੱਕ ਜਗ੍ਹਾ ਢੇਰੀ ਕਰਕੇ ਇਕੱਠਾ ਕਰ ਲੈਣਾ। ਜਦੋਂ ਇਕੱਠਾ ਕਰ ਲਿਆ ਤਾਂ ਇਕੱਠਾ ਕਰਕੇ ਉਹਦੇ ਉੱਤੇ ਐਂ ਇੱਕ ਨਿਸ਼ਾਨ ਮਾਰ ਦੇਣਾ, ਨਿਸ਼ਾਨ ਮਾਰ ਕੇ 4 ਹਿੱਸੇ ਹੋ ਗਏ, ਇਹਦੇ ਵਿੱਚੋਂ 1 ਹਿੱਸੇ ਦੀ ਮਿੱਟੀ ਇੱਥੋਂ ਕੱਢ ਦੇਣੀ ਹੈ, ਜਿਵੇਂ ਇਹਨਾਂ ਦਿਖਾਈ ਨਾ ਹਾਂ ਆਮੋ ਸਾਹਮਣੇ ਦੇ ਹਿੱਸੇ ਦੀ ਮਿੱਟੀ ਕੱਢ ਦੇਣੀ ਹੈ। ਦੁਬਾਰਾ ਫਿਰ ਸਾਰੀ ਇਕੱਠੀ ਕਰ ਦੇਣੀ ਹੈ, ਫਿਰ ਐਂ ਕਰ ਦੇਣਾ, ਫਿਰ ਇਸ ਤਰ੍ਹਾਂ ਕਰਕੇ ਵੰਡਦੇ ਵੰਡਦੇ 1/2 ਕਿਲੋ ਮਿੱਟੀ ਆਪਾਂ ਰੱਖ ਲੈਣੀ ਹੈ। ਜਿਹੜੀ ਹੁਣ 1/2 ਕਿਲੋ ਮਿੱਟੀ ਰੱਖ ਲਈ ਹੈ ਉਹਨੂੰ ਕਿਸੇ ਪਲਾਸਟਿਕ ਦੇ ਬੈਗ ਦੇ ਵਿੱਚ ਪਾ ਕੇ ਅਤੇ ਚੰਗੇ ਤਰੀਕੇ ਨਾਲ ਉਹਦੀ ਲੈਵਲਿੰਗ ਕਰਕੇ, ਲੈਵਲਿੰਗ ਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ ਉੱਤੇ ਆਪਦਾ ਨਾਮ, ਸਿੰਪਲ ਦਾ ਨਾਮ, ਕਿੱਥੋਂ ਲਿਆ ਗਿਆ, ਕਿਹੜੀ ਫਸਲ ਬੀਜਦੇ ਹੋ, ਕਿਹੜਾ ਪਾਣੀ ਲੱਗਦਾ, ਇਹ ਉਹ ਇੱਕ ਇੱਕ ਚੀਜ਼ ਲਿਖ ਕੇ ਇੱਕ ਤਾਂ ਪਰਚੀ ਉਹਦੇ ਬਾਹਰ ਲਾ ਦੇਣੀ ਹੈ ਅਤੇ ਇੱਕ ਪਰਚੀ ਉਹਦੇ ਵਿੱਚ ਪਾ ਦੇਣੀ ਹੈ। ਆਪਦਾ ਮੋਬਾਈਲ ਨੰਬਰ, ਆਪਦਾ ਐਡਰੈਸ ਦੋਵਾਂ ਪਰਚੀਆਂ 'ਤੇ ਲਿਖਣਾ ਹੈ। ਕਈ ਵਾਰੀ ਕੀ ਹੁੰਦਾ ਕਿ ਬਾਹਰਲੀ ਪਰਚੀ ਜਿਹੜੀ ਹੈਗੀ ਹੈ ਉਹ ਗਵਾਚ ਜਾਂਦੀ ਹੈ
ਤਾਂ ਅੰਦਰ ਦੀ ਪਰਚੀ ਕੰਮ ਆ ਜਾਂਦੀ ਹੈ, ਕਈ ਵਾਰੀ ਅੰਦਰ ਦੀ ਪਰਚੀ ਖਰਾਬ ਹੋ ਜਾਂਦੀ ਅਤੇ ਬਾਹਰਲੀ ਪਰਚੀ ਕੰਮ ਆ ਜਾਂਦੀ ਹੈ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਸਿੰਪਲ ਲਵੋਗੇ, ਉਹ ਜਿਹੜਾ ਸਿੰਪਲ ਹੈਗਾ ਉਹ ਤੁਹਾਡੇ ਖੇਤ ਦੇ ਵਿੱਚੋਂ ਪੂਰੇ ਦੀ ਅਗਵਾਈ ਕਰੂਗਾ, ਅਤੇ ਉਹ ਜਿਹੜਾ ਸਿੰਪਲ ਹੋਊਗਾ ਉਹ ਸਿੰਪਲ ਦੇ ਨਾਲ ਤੁਸੀਂ ਜਿਹੜਾ ਹੈਗਾ ਤੁਹਾਡੇ ਖੇਤ ਪਤਾ ਲੱਗੂ ਕਿਹੜੇ ਕਿਹੜੇ ਪੋਸ਼ਕ ਤੱਤਾਂ ਦੀ ਘਾਟ ਹੈ। ਹੁਣ ਮੰਨ ਲਓ ਆਹ ਖੇਤ ਹੈ, ਇੱਕ ਬੰਦੇ ਨੇ ਖੇਤ ਦੇ ਕਿਨਾਰੇ ਤੋਂ ਲੈ ਲਿਆ, ਉਹਦਾ ਕੀ ਪਤਾ ਲੱਗਣਾ ਕਿਵੇਂ ਹੈਗਾ? ਕਿਸੇ ਨੇ ਉੱਤੋਂ 2 ਇੰਚ ਮਿੱਟੀ ਚੱਕ ਲਈ, ਉਹਦਾ ਕੀ ਪਤਾ ਲੱਗਣਾ? ਕਿਸੇ ਨੇ ਉੱਤੋਂ 2 ਇੰਚ ਪਾਸੇ ਕਰਤੀ, ਹੇਠਲੀ 4 ਇੰਚ ਮਿੱਟੀ ਲੈ ਲਈ, ਤਾਂ ਉਹ ਸਹੀ ਆਈਡੀਆ ਨਹੀਂ ਦਿੰਦਾ। ਇਸ ਕਰਕੇ ਜਿਹੜੇ ਤਰੀਕੇ ਨਾਲ ਤੁਹਾਨੂੰ ਦੱਸਿਆ ਐਂ ਸਿੰਪਲ ਲਵੋ, ਤਾਂ ਤੁਹਾਨੂੰ ਘੱਟੋ ਘੱਟ ਪਤਾ ਲੱਗੂ ਕਿ ਮੇਰੀ ਮਿੱਟੀ 'ਚ ਘਾਟ ਕੀ ਹੈ। ਜੇ ਸਿੰਪਲ ਤੁਸੀਂ ਉਤਲੀ 3 ਇੰਚ ਮਿੱਟੀ ਲੈ ਲਿਆ ਜਾਂ ਉੱਤੋਂ ਮਿੱਟੀ ਕਰਕੇ ਪਾਸੇ ਲੈ ਲਿਆ, ਅਤੇ ਜਿਹੜੇ ਮਾਹਰ ਕੋਲ ਉਹ ਸਿੰਪਲ ਜਾਊਗਾ, ਜੋ ਉਹਦੇ ਕੋਲ ਮਿੱਟੀ ਭੇਜੀ ਤੁਸੀਂ ਉਹ ਕੀ ਉਹਨੇ ਚੈੱਕ ਕਰਕੇ ਦੱਸਣੀ ਹੈ ਨਾ। ਜੇ ਮਿੱਟੀ ਸਹੀ ਨਹੀਂ ਭੇਜੀ ਤਾਂ ਦੱਸੂਗਾ ਕੀ? ਅਤੇ ਜਦੋਂ ਮਿੱਟੀ ਸਹੀ ਪਹੁੰਚ ਗਈ ਤਾਂ ਉਹਨੂੰ ਪਤਾ ਲੱਗ ਗਿਆ ਕਿ ਤੁਹਾਡੇ ਖੇਤ 'ਚ ਕੀ ਘਾਟ ਹੈ, ਕਾਹਦੀ ਦਿੱਕਤ ਹੈ ਖੇਤ ਦੇ ਵਿੱਚ, ਤਾਂ ਉਹੀ ਤੁਹਾਨੂੰ ਜਿਹੜਾ ਹੈਗਾ ਦੱਸ ਦਿੱਤਾ ਜਾਊਗਾ, ਤੁਸੀਂ ਉਹ ਚੀਜ਼ਾਂ ਪਾ ਲਓ ਅਤੇ ਝਾੜ ਵੱਧ ਨਿਕਲੇਗਾ। ਨਹੀਂ ਤਾਂ ਆਪਾਂ ਜਿਹੜਾ ਹੈਗਾ ਟੱਕਰਾਂ ਮਾਰਦੇ ਰਹਿੰਦੇ ਹਾਂ, ਝਾੜ ਆਪਣਾ ਆਉਂਦਾ ਨਹੀਂ ਹੈਗਾ, ਅਤੇ ਫਿਰ ਉਹ ਜਿਹੜਾ ਹੈਗਾ ਸਾਡਾ ਨੁਕਸਾਨ ਹੋ ਜਾਂਦਾ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।